ਔਰ ਸਭ ਕੁਝ ਬਰਦਾਸ਼ਤ ਕਰ ਲੈਂਦੀ ਹੈ ਪਰ ਆਪਣੇ ਪਤੀ ਦੀ ਜ਼ਿੰਦਗੀ ਵਿੱਚ ਦੂਸਰੀ ਔਰਤ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਪਰ ਅੱਜ ਤੁਹਾਨੂੰ ਇੱਕ ਅਜਿਹੀ ਔਰਤ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਨੇ ਖੁਦ ਆਪਣੇ ਪਤੀ ਦਾ ਵਿਆਹ ਪਤੀ ਦੀ ਐਕਸ ਗਰਲਫ੍ਰੈਂਡ ਨਾਲ ਕਰਵਾ ਦਿੱਤਾ ਆਖਰ ਕੀ ਹੋ ਗਿਆ ਸੀ ਜਾਂ ਕਹਿ ਸਕਦੇ ਹਾਂ ਕਿ ਕੀ ਮਜਬੂਰੀ ਸੀ ਇਸ ਔਰਤ ਦੀ ਜੋ ਉਸਨੇ ਆਪਣਾ ਪਤੀ ਕਿਸੇ ਹੋਰ ਨੂੰ ਸੌਂਪ ਦਿੱਤਾ ਆਓ ਦੱਸਦੇ ਹਾਂ ਪੂਰੀ ਕਹਾਣੀ ਆਂਧਰਾ ਪ੍ਰਦੇਸ਼ ਦੇ ਤੀਰੂਪਤੀ ਜ਼ਿਲ੍ਹੇ ਦੇ ਅੰਬੇਦਕਰ ਨਗਰ ਵਿੱਚ ਪਿਆਰ ਪ੍ਰੇਮ ਵਿਆਹ ਦਾ ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਔਰਤ ਨੇ ਆਪਣੇ ਪਤੀ ਦਾ ਵਿਆਹ ਇੱਕ ਐਕਸ ਗਰਲਫ੍ਰੈਂਡ ਨਾਲ ਰਵਾਇਤੀ ਤਰੀਕੇ ਨਾਲ ਫਿਲਮੀ ਅੰਦਾਜ਼ ਵਿੱਚ ਕਰਾਇਆ ਐਨਆਈ ਨਈ ਪਤਨੀ ਨੇ ਵਿਆਹ ਸਮਾਗਮ ਵਿੱਚ ਹਿੱਸਾ ਵੀ ਲਿਆ ਸਾਰੀਆਂ ਰਸਮਾਂ ਖੁਦ ਨਿਭਾਈਆਂ ਇਸ ਤੋਂ ਵੀ ਹੈਰਾਨੀਗ ਵਾਲੀ ਗੱਲ ਇਹ ਸੀ ਕਿ ਤਿੰਨਾਂ ਨੇ ਇੱਕੋ ਛੱਤ ਹੇਠ ਰਹਿਣ ਦਾ ਫੈਸਲਾ ਕੀਤਾ ਸੁਣ ਕੇ ਹੈਰਾਨੀ ਜ਼ਰੂਰ ਹੁੰਦੀ ਹੈ ਪਰ ਇਹ ਸੱਚ ਹੈ ਇਸ ਕਹਾਣੀ ਦੇ ਪਿੱਛੇ ਦੀ ਕਹਾਣੀ ਬਹੁਤ ਦਿਲਚਸਪ ਹੈ ਆਓ ਫਿਰ ਸੁਣਾਉਂਦੇ ਹਾਂ ਇਸ ਵਿਆਹ ਪਿੱਛੇ ਦੀ ਪੂਰੀ ਕਹਾਣੀ ਦਰਸਲ ਇਹ ਅਨੋਖੀ ਪ੍ਰੇਮ ਕਹਾਣੀ ਕਲਿਆਣ ਵਿਮਲਾ ਅਤੇ ਨਿਤਿਆਸ਼ਰੀ ਦੀ ਹੈ ਕਲਿਆਣ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੈ ਡਿਗਰੀ ਪੂਰੀ ਕਰਨ ਤੋਂ ਬਾਅਦ ਉਸਨੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ ਇਸ ਜਨਾਨ ਕਲਿਆਣ ਦੀ ਨਿਤਿਆਸ਼ਰੀ ਨਾਲ ਮੁਲਾਕਾਤ ਹੁੰਦੀ ਹੈ ਵਿਸ਼ਾਖਾਪਟਨਮ ਦੀ ਰਹਿਣ ਵਾਲੀ ਨਿਤਿਆ ਸ਼੍ਰੀਵੀ ਸੋਸ਼ਲ ਮੀਡੀਆ ਤੇ ਵੀਡੀਓ ਬਣਾਉਂਦੀ ਸੀ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਹਾਲਾਂਕਿ ਕਿਸੇ ਕਾਰਨ ਦੋਨਾਂ ਦੇ ਰਸਤੇ ਵੱਖ ਹੋ ਗਏ ਕੁਝ ਸਮੇਂ ਬਾਅਦ ਕਲਿਆਣ ਦੀ ਮੁਲਾਕਾਤ ਕੁਡਪਾ ਦੀ ਰਹਿਣ ਵਾਲੀ ਵਿਮਲਾ ਨਾਲ ਹੋਈ ਦੋਵਾਂ ਨੇ ਮਿਲ ਕੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ ਦੋਵਾਂ ਦੀ ਪ੍ਰਸਿੱਧੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਧੀ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਣ ਲੱਗਿਆ ਇਕੱਠੇ ਕੰਮ ਕਰਨ ਦੌਰਾਨ ਦੋਵੇਂ ਦੋਸਤ ਬਣ ਗਏ ਤੇ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਕਦੋਂ ਬਦਲ ਗਈ ਪਤਾ ਹੀ ਨਹੀਂ ਚਲਿਆ ਤੇ ਦੋਵਾਂ ਨੇ ਜਲਦੀ ਹੀ ਵਿਆਹ ਕਰਵਾ ਲਿਆ ਵਿਆਹ ਦੇ 2 ਸਾਲ ਬਾਅਦ ਕਲਿਆਨ ਦੀ ਜ਼ਿੰਦਗੀ ਵਿੱਚ ਇੱਕ ਵਾਰ ਫਿਰ ਬਾਲੀਵੁੱਡ ਫਿਲਮ ਵਾਂਗ ਨਵਾਂ ਮੋੜ ਆਇਆ ਐਕਸ ਪ੍ਰੇਮਿਕਾ ਨਿੱਤਿਆ ਸ਼ਿਰੀ ਨੇ ਕਲਿਆਨ ਦੀ ਜ਼ਿੰਦਗੀ ਵਿੱਚ ਮੁੜ ਐਂਟਰੀ ਮਾਰ ਦਿੱਤੀ ਨਿਤਿਆ ਵਿਸ਼ਾਖਾਪਟਨਮ ਤੋਂ ਆਈ ਅਤੇ ਕਲਿਆਣ ਦੇ ਗੁਆਂਡ ਵਿੱਚ ਕਿਰਾਏ ਦੇ ਮਕਾਨ ਲੈ ਕੇ ਰਹਿਣ ਲੱਗ ਪਈ। ਇੱਥੇ ਆ ਕੇ ਉਸ ਨੂੰ ਪਤਾ ਲੱਗਿਆ ਕਿ ਕਲਿਆਣ ਦਾ ਵਿਆਹ ਹੋ ਗਿਆ ਪਰ ਉਸ ਨੇ ਉਮੀਦ ਨਹੀਂ ਛੱਡੀ। ਇਸਰਾਨ ਕਲਿਆਣ ਦੀ ਪਤਨੀ ਵਿਮਲਾ ਨੇ ਆਪਣੇ ਪਤੀ ਦੇ ਵਿਵਹਾਰ ਵਿੱਚ ਬਦਲਾਅ ਮਹਿਸੂਸ ਕੀਤਾ। ਉਸ ਨੇ ਆਪਣੇ ਪੱਧਰ ਤੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਗੁਆਂਡ ਵਿੱਚ ਰਹਿਣ ਵਾਲੀ ਨਿਤਿਆ ਉਸ ਦੇ ਪਤੀ ਦੀ ਐਕਸ ਗਰਲਫ੍ਰੈਂਡ ਹੈ। ਇਸ ਤੋਂ ਬਾਅਦ ਨਿਤਿਆ ਸ਼੍ਰੀ ਇੱਕ ਦਿਨ ਵਿមਲਾ ਦੇ ਘਰ ਆਈ ਅਤੇ ਉਸ ਨੂੰ ਹੱਥ ਜੋੜ ਕੇ ਆਪਣੇ ਪਤੀ ਨਾਲ ਵਿਆਹ ਕਰਨ ਦੀ ਬੇਨਤੀ ਕਰਨ ਲੱਗੀ। ਕਲਿਆਣ ਅਤੇ ਨਿਤਿਆ ਨੇ ਮਿਲ ਕੇ ਵਿមਲਾ ਨੂੰ ਮਨਾਇਆ ਅਤੇ ਇਕੱਠੇ ਰਹਿਣ ਦਾ ਪ੍ਰਸਤਾਵ ਵੀ ਦਿੱਤਾ ਗਿਆ। ਕਾਫੀ ਵਿਚਾਰ-ਵਟਾਂਦਰਾ ਜਾਂ ਫਿਰ ਨਾ-ਨੁੱਕਰ ਤੋਂ ਬਾਅਦ ਵਿមਲਾ ਨੇ ਦੋਹਾਂ ਨੂੰ ਇਜਾਜ਼ਤ ਦੇ ਦਿੱਤੀ। ਦੋਹਾਂ ਦਾ ਵਿਆਹ ਮੰਦਰ ਵਿੱਚ ਰਵਾਇਤੀ ਤਰੀਕੇ ਨਾਲ ਹੋਇਆ ਜਿਸ ਵਿੱਚ ਵਿមਲਾ ਨੇ ਵੀ ਸ਼ਿਰਕਤ ਕੀਤੀ। ਸਾਰੀਆਂ ਰਸਮਾਂ ਵਿਮਲਾ ਨੇ ਨਿਭਾਈਆਂ ਹੁਣ ਤਿੰਨੋਂ ਇੱਕ ਘਰ ਵਿੱਚ ਸੁਖੀ ਸੰਧੀ ਜੀਵਨ ਬਤੀਤ ਕਰ ਰਹੇ ਨੇ ਇੱਥੇ ਵਿਮਲਾ ਦੀ ਹਿੰਮਤ ਦੀ ਵੀ ਦਾਤ ਦੇਣੀ ਬਣਦੀ ਹੈ ਕਿਉਂਕਿ ਇੱਕ ਔਰਤ ਸਭ ਕੁਝ ਬਰਦਾਸ਼ਤ ਕਰ ਲੈਂਦੀ ਹੈ ਪਰ ਆਪਣੇ ਪਤੀ ਦੀ ਜ਼ਿੰਦਗੀ ਵਿੱਚ ਦੂਸਰੀ ਔਰਤ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਪਰ ਵਿਮਲਾ ਨੇ ਦੂਸਰੀ ਔਰਤ ਨੂੰ ਹੀ ਆਪਣੀ ਸੌਂਕਣ ਬਣਾ ਲਿਆ ਬਿਊਰੋ ਰਿਪੋਰਟ ਹਮਦਰ ਟੀਵੀ